ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ, ਜਿੱਥੇ ਬਾਰਿਸ਼ ਹੋਈ ਉਸ ਦੇ ਨਾਲ ਹੀ ਹਨੇਰੀ ਵੀ ਆਈ, ਗੜੇਮਾਰੀ ਵੀ ਹੋਈ, ਜਿਸ ਦੇ ਨਾਲ ਫਸਲਾਂ 'ਤੇ ਕਾਫੀ ਨੁਕਸਾਨ ਹੋਇਆ। ਜੇ ਕਣਕਾਂ ਦੀ ਗੱਲ ਕੀਤੀ ਜਾਵੇ ਤਾਂ ਕਣਕਾਂ ਡਿੱਗ ਪਈਆਂ ਨੇ। ਸਾਡੇ ਨਾਲ ਨੇ ਕਿਸਾਨ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਕਿੰਨਾ ਕੁ ਸਮਝਦੇ ਹੋ ਕਿ ਫਸਲਾਂ ਜਿਹੜੀਆਂ ਵਾ ਕਿਹੜੀਆਂ ਕਿਹੜੀਆਂ ਫਸਲਾਂ ਦਾ ਨੁਕਸਾਨ ਅਤੇ ਕਿੰਨਾ ਕੁ ਹੋਇਆ? ਸਭ ਤੋਂ ਪਹਿਲਾਂ ਤਾਂ ਮੈਂ ਦੈਨਿਕ ਚੈਨਲ ਦਾ ਧੰਨਵਾਦ ਕਰਦਾ ਵਾਂ। ਦੇਖੋ ਜਿੰਨੀਆਂ ਵੀ ਫਸਲਾਂ ਨਾ ਇਸ ਵੇਲੇ, ਕਣਕ ਹੋ ਗਈ, ਬਰਸਨ ਹੋ ਗਿਆ, ਸਰੋਂ ਹੋ ਗਈ, ਨਾਲ ਗੋਭੀ ਦੀ ਸਬਜ਼ੀ ਹੋ ਗਈ ਲੇਟ ਜਿਹੜੀ, ਮਟਰ ਹੋ ਗਏ, ਮੈਂ ਜਿੰਨੀਆਂ ਵੀ ਸਬਜ਼ੀਆਂ ਤਾਂ ਸਾਰਿਆਂ ਨੁਕਸਾਨਦਾਇਕ ਆ। ਤੁਸੀਂ ਲਾ ਲਓ ਵੀ ਇਹ 10ਵਾਂ ਜਾਂ 11ਵਾਂ ਹਿੱਸਾ ਨੁਕਸਾਨਦਾਇਕ ਹੈਗੀਆਂ ਨੇ। ਜਿੱਦਾਂ ਮੰਨ ਲਓ ਕੋਈ ਕਣਕ 20 ਕੁਇੰਟਲ 22 ਕੁਇੰਟਲ ਦਾ ਝਾੜ ਹੁੰਦਾ ਸੀ, ਹੋ ਸਕਦਾ ਇਹ 15 ਜਾਂ 17 ਦੇ 18 ਵਿੱਚ ਰਹਿ ਜੇ। ਨੁਕਸਾਨ ਤਾਂ ਹਰ ਇੱਕ ਚੀਜ਼ ਦਾ ਹੈਗਾ, ਜਿੱਦਾਂ ਜਾਂ ਜ਼ਿਮੀਂਦਾਰ ਦੇ ਤੂੜੀਆਂ ਨੇ ਬਾਹਰ, ਤੂੜੀਆਂ ਖਰਾਬ ਹੋਈਆਂ ਨੇ, ਬਾਕੀ ਜੋ ਵੀ ਫਸਲਾਂ ਜਿੰਨਾ ਵੀ ਆ ਹੈਗੀਆਂ ਸਾਰੀਆਂ ਦਾ ਨੁਕਸਾਨ ਤਾਂ ਹੈਗਾ ਹੀ ਆ ਜੀ। ਜਿੰਨੀਆਂ ਵੀ ਜੋ ਭਾਵੇਂ ਸਬਜ਼ੀਆਂ ਲਾ ਲਓ ਤੁਸੀਂ, ਆਪਣਾ ਖੀਰਾ ਲਾ ਲਓ, ਤਾਰ ਲਾ ਲਓ, ਜਿੰਨੀਆਂ ਵੀ ਫਸਲਾਂ ਆਪਣਾ ਬਚਾਓ ਨੇ 31-32 ਫਸਲਾਂ ਦੇ, ਸਾਰਿਆਂ ਦਾ ਨੁਕਸਾਨਦਾਇਕ ਮੀਂਹ ਹੈਗਾ ਵਾ ਜੀ। ਹਨੇਰੀ ਝੱਖੜ ਵੀ ਨਾਲ ਹੈਗਾ ਵਾ, ਉਹਦੇ ਨਾਲ ਵੀ ਨੁਕਸਾਨ ਬਹੁਤ ਜ਼ਿਆਦਾ ਵਾ। ਤਾਂ ਬਾਕੀ ਵੇਖੋ ਵੀ ਸਮਾਂ ਆਉਣ ਕਾਰਨ ਕੀ ਝਾੜ ਨਿਕਲਦਾ, ਝਾੜ ਨਿਕਲਦੇ ਸਭ ਤੋਂ ਵਧੀਆ ਪਤਾ ਲੱਗ ਜਾਏਗਾ ਚੰਗੀ ਤਰ੍ਹਾਂ। ਬਾਕੀ ਇਹ ਵੀ ਨੁਕਸਾਨ ਹੈਗਾ ਵਾ, 2-2.5 ਕੁਇੰਟਲ ਕਿੱਲੇ ਦਾ ਨੁਕਸਾਨ ਕਣਕ ਦਾ ਤਾਂ ਹੈ ਹੀ ਹੈ। ਤਾਂ ਬਾਕੀ ਫਸਲਾਂ ਦਾ ਵੇਖੋ ਜੀ ਹੈ ਹੀ ਆ, ਬਾਰਿਸ਼ ਤਾਂ ਬਾਰਿਸ਼ ਹੀ ਆ ਨਾ, ਤਾਂ ਬਾਰਿਸ਼ ਕਰਕੇ ਹਰ ਫਸਲ ਦਾ ਨੁਕਸਾਨ ਹੈਗਾ ਜੀ, ਇਹ ਜ਼ਰੂਰ ਹੈਗਾ ਵਾ। ਸਰਕਾਰ ਤੋਂ ਹਾਂ ਮੰਗ ਇਹੋ ਆ ਜੀ, ਸਰਕਾਰ ਕੋਲ ਆਪਣਾ ਖਿਆਲ ਕਰੇ ਜ਼ਿਮੀਂਦਾਰਾਂ ਦਾ, ਕਿਉਂਕਿ ਖੇਤੀ ਬੜੀ ਮਹਿੰਗੀ ਫਸਲ ਆ, ਮਹਿੰਗਾ ਵਾ ਕੰਮ ਫਸਲਾਂ, ਜਿੱਦਾਂ ਦਵਾਈਆਂ ਦਾ ਹੋ ਗਿਆ, ਖਾਦਾਂ ਦਾ ਹੋ ਗਿਆ, ਬੀਆਂ ਦਾ ਹੋ ਗਿਆ, ਜਿੰਨੇ ਸਬਜ਼ੀਆਂ ਦੇ ਬੀਜ ਨੇ ਬਹੁਤ ਮਹਿੰਗੇ ਨੇ, ਅਤੇ ਬੜਾ ਔਖਾ ਵਾ ਅਤੇ ਖਰਚਾ ਬਹੁਤ ਚੜ੍ਹਦਾ, ਲੇਬਰ ਬਹੁਤ ਚੜ੍ਹਦੀ ਆ। ਅਤੇ ਜ਼ਿਮੀਂਦਾਰ ਜੇ ਬਰਾਬਰ ਵੀ ਹੋਵੇ ਤਾਂ ਫਿਰ ਹੀ ਬਚਾਅ ਆ ਨਾ, ਅਤੇ ਜੇ ਕੋਲੋਂ ਪੈਣ ਤਾਂ ਜ਼ਿਮੀਂਦਾਰ ਤਾਂ ਥੱਲੇ ਹੀ ਥੱਲੇ ਆ ਜੀ। ਅਤੇ ਵੱਧ ਤੋਂ ਵੱਧ ਮੈਂ ਨਾ ਸਰਕਾਰ ਵੀ ਇਹਦੇ ਇੱਕ ਵੱਲ ਖਿਆਲ ਕਰੇ ਜ਼ਿਮੀਂਦਾਰ ਵੱਲ, ਕਿਉਂਕਿ ਖੇਤੀ ਇੱਕ ਹੈ ਹੀ ਇੱਦਾਂ ਦੀ ਚੀਜ਼ ਆ ਵੀ ਹਰ ਇੱਕ ਦੇ ਲਈ ਲਾਹੇਵੰਦ ਨਹੀਂ ਆ, ਘਾਟੇਵੰਦ ਹੀ ਆ। ਤਾਂ ਬਾਕੀ ਜ਼ਰੂਰੀ ਵੀ ਆ ਖੇਤੀ ਆ ਜੀ, ਉਹ ਅਨਾਜ ਵੀ ਜ਼ਰੂਰੀ ਆ, ਹਰ ਤਰ੍ਹਾਂ ਦਾ ਅਨਾਜ ਜ਼ਰੂਰੀ ਆ ਖਾਣ ਲਈ, ਅਤੇ ਪੈਦਾ ਵੀ ਕਰਨਾ ਪੈਣਾ ਵਾ, ਠੀਕ ਆ ਨਾ। ਅਤੇ ਜੂੰ ਜੂੰ ਸਰਕਾਰਾਂ ਸਾਡੀ ਹੈਲਪ ਕਰਨਗੀਆਂ ਅਸੀਂ ਵੱਧ ਪੈਦਾ ਕਰਾਂਗੇ, ਇਹੋ ਮੇਰੀ ਬੇਨਤੀ ਹੈ ਜੀ। ਸੋ ਇੱਕ ਕਿਸਾਨ ਗੁਲਜ਼ਾਰ ਸਿੰਘ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਤੁਸੀਂ ਕੀ ਸਮਝਦੇ ਹੋ ਕਿ ਫਸਲਾਂ ਜਿਸ ਤਰੀਕੇ ਦੇ ਨਾਲ MSP ਦੀ ਗੱਲ ਕਰੀਏ, MSP ਮਿਲ ਨਹੀਂ ਰਹੀ, ਫਸਲਾਂ ਜਿਹੜੀਆਂ ਉਹ ਖਰਾਬ ਹੋ ਰਹੀਆਂ ਵਾ, ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ? ਅਸੀਂ ਜੀ ਪੁਰਜ਼ੋਰ ਅਪੀਲ ਕਰਦੇ ਹਾਂ ਤੁਹਾਡੇ ਦੈਨਿਕ ਸਵੇਰਾ ਦੀ ਟੀਮ ਦੇ ਨਾਲ ਕਿ ਸਰਕਾਰ ਨੂੰ ਚਾਹੀਦਾ ਵੱਧ ਤੋਂ ਵੱਧ ਸਾਡੇ ਕਿਸਾਨਾਂ ਭਰਾਵਾਂ ਨੂੰ ਜਿਹੜੇ ਫਸਲਾਂ ਦਾ ਨੁਕਸਾਨ ਹੋਇਆ, ਜਿੱਦਾਂ ਕਣਕਾਂ ਸਬਜ਼ੀਆਂ ਬਰਸਨ, ਇਹਨਾਂ ਸਾਰਿਆਂ ਦਾ ਵੇਖ ਕੇ ਖੇਤੀ ਮੁਆਵਜ਼ਾ ਦਿੱਤਾ ਜਾਏ, ਸਾਰੇ ਸਾਡੇ ਜ਼ਿਮੀਂਦਾਰਾਂ ਦਾ ਜਿਹੜਾ ਘਾਟਾ ਜਿਹੜਾ ਪੂਰਾ ਕੀਤਾ ਜਾਏ। ਅਸੀਂ ਦੈਨਿਕ ਸਵੇਰਾ ਵਾਲਿਆਂ ਦੀ ਬਹੁਤ ਜ਼ਿਆਦਾ ਮਿਹਰਬਾਨੀ ਜਿਹੜਾ ਸਾਡੇ ਆਣ ਕੇ ਡੇ ਨੇ, ਅਤੇ ਬਾਕੀ ਸਾਰਿਆਂ ਨੂੰ ਸਾਡਾ ਸਹਿਯੋਗ ਦੇਣਾ ਚਾਹੀਦਾ ਜਿਹੜੀ MSP ਹੈ। ਸੋ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਬਿਲਕੁਲ ਚਿਹਰੇ ਜਿਹੜੇ ਆ ਉਹ ਮੁਰਝਾਏ ਹੋਏ ਨੇ, ਸਰਕਾਰਾਂ ਦੇ ਵੱਲ ਉਡੀਕ ਕਰ ਰਹੇ ਨੇ ਕਿ ਉਹ ਸਰਕਾਰਾਂ ਇਹਦੀ ਜਿੰਨੀ ਵੀ ਫਸਲ ਖਰਾਬ ਹੋਈ ਆ ਉਸ ਦਾ ਮੁਆਵਜ਼ਾ ਦਿੱਤਾ ਜਾਵੇ। ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਘੁਮਾਣ, ਬਟਾਲਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।